ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ। ਤੇ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955। ਤੁਸੀਂ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਤਾਂ ਕਿ ਉੱਥੇ ਤੁਹਾਨੂੰ ਸੂਟਾਂ ਦੀਆਂ ਜਿਹੜੀਆਂ ਪਿਕਸ ਨੇ ਉਹ ਮਿਲ ਜਾਣ, ਕਿਉਂ ਜੋ ਵੀ ਵਿਊਵਰਸ ਵੀਡੀਓ ਨਹੀਂ ਦੇਖ ਸਕਦੇ ਉਹਨਾਂ ਨੂੰ ਇੰਸਟਾਗ੍ਰਾਮ ਤੋਂ ਸੂਟਾਂ ਦੀਆਂ ਵੀਡੀਓ ਨੇ ਜਿਹੜੀਆਂ ਮਿਲ ਜਾਣਗੀਆਂ। ਬਾਕੀ ਆਪਣਾ ਸਕਰੀਨ ਦੇ ਉੱਪਰ ਨੰਬਰ ਲੱਗਿਆ ਹੁੰਦਾ ਜੀ, ਜੇ ਤੁਹਾਨੂੰ ਕੁਛ ਵੀ ਪੁੱਛਣਾ ਹੋਵੇ, ਰੇਟ ਪੁੱਛਣਾ ਹੋਵੇ, ਕੋਈ ਸੂਟ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ। ਇਹ ਸੂਟ ਹੈਗਾ ਰੈੱਡ ਅਤੇ ਇਹਦੇ ਨਾਲ ਮੈਚਿੰਗ ਸਲਵਾਰ ਹੈ। ਇਸ ਤਰ੍ਹਾਂ ਦਾ ਬਹੁਤ ਹੀ ਵਧੀਆ ਕੋਟਨ ਦਾ, ਪ੍ਰਿੰਸੈਸ ਕੋਟਨ ਦਾ ਇਹ ਸੂਟ ਹੈ। ਜੇ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਸੇਜ ਕਰ ਸਕਦੇ ਹੋ। ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ, ਦੋ ਹੋਰ ਨੇ ਆਪਣੇ ਕੋਲ ਕਲਰ। ਜੇ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਮੈਸੇਜ ਕਰਕੇ ਪਿਕਸ ਲੈ ਸਕਦੇ ਹੋ। ਇਸ ਤਰ੍ਹਾਂ ਦੀ ਇਹਦੇ ਨਾਲ ਮੈਚਿੰਗ ਸਲਵਾਰ ਹੈ ਅਤੇ ਸਲਵਾਰ ਦੇ ਵਿੱਚ ਵੀ ਪ੍ਰਿੰਟ ਬਣਿਆ ਹੈ। ਇਹਦੇ ਵਿੱਚ ਕਲਰ ਆਪਣੇ ਕੋਲ ਫਿਰੋਜ਼ੀ ਹੈ ਇੱਕ, ਅਤੇ ਇੱਕ ਇਹ ਰੈੱਡ ਕਲਰ ਹੈ। ਬਾਕੀ ਮੈਂ ਕੋਸ਼ਿਸ਼ ਕਰੂੰਗੀ ਜੇ ਹੋਰ ਵੀ ਰੰਗ ਹੋਏ ਤਾਂ ਆਪਾਂ ਤੁਹਾਨੂੰ ਪਿਕਸ ਪਾ ਦਾਂਗੇ। ਇਹ ਪ੍ਰਿੰਸੈਸ ਕੋਟਨ ਦੇ ਡਿਜੀਟਲ ਪ੍ਰਿੰਟ ਵਾਲੇ ਸੂਟ ਨੇ। ਜੇ ਤੁਹਾਨੂੰ ਪਸੰਦ ਹੋਣ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਸੇਜ ਕਰ ਸਕਦੇ ਹੋ। ਅਗਲਾ ਸੂਟ ਆਏਗਾ ਜੀ, ਵਾਈਟ ਕਮੀਜ਼ ਹੈ, ਬਲਿਊ ਸਲਵਾਰ ਹੈ ਇਹਦੇ ਨਾਲ। ਦੇਖੋ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਬਣਿਆ ਹੈ, ਬਹੁਤ ਹੀ ਵਧੀਆ ਸੂਟ ਹੈ। ਅੱਜ ਵਾਲੇ ਸੂਟ ਨੇ ਜਿਹੜੇ, ਇਹਨਾਂ ਦੇ ਨਾਲੇ ਰੇਟ ਨਹੀਂ ਜ਼ਿਆਦਾ ਹੈਗੇ, ਆਪਣੇ ਬਜਟ ਦੇ ਵਿੱਚ ਰਹਿਣ ਵਾਲੇ ਰੇਟ ਨੇ। ਇਹ ਨਹੀਂ ਹੈਗਾ ਵੀ ਹੁਣ ਹੈ ਨਾ ਬਾਹਲਾ ਜ਼ਿਆਦਾ ਮਹਿੰਗਾ ਵੀ ਨਹੀਂ, ਆਪਾਂ ਕੋਈ ਭੈਣਾਂ ਲੈ ਸਕਦੀਆਂ, ਅਤੇ ਉਹਨਾਂ ਦੇ ਲਈ ਇਹ ਸਸਤੇ ਰੇਟਾਂ ਵਾਲੇ ਸੂਟ ਨੇ, ਬਹੁਤ ਹੀ ਵਧੀਆ। ਇਹਦੇ ਨਾਲ ਪਲੇਨ ਸਲਵਾਰ ਰੱਖੀ ਹੋਈ ਆਪਾਂ ਨੇ, ਬਹੁਤ ਵਧੀਆ ਕੋਟਨ ਹੈ ਇਹ। ਦੇਖੋ ਜਿਸ ਤਰ੍ਹਾਂ ਦੀ ਨੇਵੀ ਬਲਿਊ ਇਹਦੇ ਨਾਲ ਸਲਵਾਰ ਹੈ ਅਤੇ ਨੇਵੀ ਬਲਿਊ ਕਮੀਜ਼ ਦੇ ਵਿੱਚ ਪ੍ਰਿੰਟ ਬਣਿਆ ਹੋਇਆ, ਬਹੁਤ ਵਧੀਆ ਕੰਟਰਾਸਟ ਹੈ। ਦੇਖੋ ਜੀ ਬਹੁਤ ਵਧੀਆ ਕਲਰ ਹੈ ਜਿਹੜਾ, ਸੂਟ ਗਰਮੀ ਦੇ ਵਿੱਚ ਪਾਉਣ ਵਾਲੇ ਨੇ। ਆਪਣਾ ਵਟਸਐਪ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਲੱਗਿਆ ਹੁੰਦਾ, ਜੇ ਤੁਹਾਨੂੰ ਕੋਈ ਵੀ ਸੂਟ ਦਾ ਬਾਰੇ ਕੁਛ ਪੁੱਛਣਾ ਹੋਵੇ ਤਾਂ ਤੁਸੀਂ ਵਟਸਐਪ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋ। ਅਗਲਾ ਸੂਟ ਹੈਗਾ ਜੀ ਗ੍ਰੇ ਕਲਰ ਦੇ ਵਿੱਚ, ਇਹਦੇ ਵਿੱਚ ਨਾ ਕਈ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ, ਇਹ ਵੀ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਬਣਿਆ ਹੋਇਆ, ਪ੍ਰਿੰਸੈਸ ਕੋਟਨ ਦੇ ਸੂਟ ਨੇ ਇਹ। ਆਪਾਂ ਤੁਹਾਨੂੰ ਕੋਈ ਵੀ ਕੱਪੜਾ ਜਿਹੜਾ ਹੈ ਨਾ ਹਰੇਕ ਆਪਾਂ ਦੱਸ ਕੇ ਦੇਵਾਂਗੇ ਵੀ ਇਹ ਵਾਲਾ ਕੱਪੜਾ, ਇਹ ਵਾਲਾ ਕੱਪੜਾ। ਜਿੰਨੀਆਂ ਭੈਣਾਂ ਕੋਲ ਮੇਰੇ ਇਦੋਂ ਪਹਿਲਾਂ ਪਾਰਸਲ ਪਹੁੰਚ ਗਏ ਨੇ ਉਹਨਾਂ ਨੂੰ ਸਾਰੀਆਂ ਨੂੰ ਪਤਾ ਵੀ ਜੋ ਵੀ ਮੈਂ ਕੱਪੜਾ ਦੱਸ ਕੇ ਦਿੰਦੀ ਹਾਂ ਉਹੀ ਕੱਪੜਾ ਹੁੰਦਾ ਹੈਗਾ, ਆਪਾਂ ਗਲਤ ਕੱਪੜਾ ਨਹੀਂ ਯੂਜ ਕਰਦੇ। ਦੇਖੋ ਜੀ ਇਹਦੇ ਉੱਤੇ ਸਟੈਂਪ ਲੱਗੀ ਹੋਈ ਹੈ, ਨਾਲੇ ਨਾ ਜੇ ਆਪਾਂ ਬਾਜ਼ਾਰ ਦੇ ਵਿੱਚੋਂ ਲਈਏ ਇਹਨਾਂ ਦੇ ਰੇਟ ਬਹੁਤ ਜ਼ਿਆਦਾ ਨੇ, ਪਰ ਆਪਾਂ ਤੁਹਾਨੂੰ ਠੀਕ ਰੇਟ ਨਾਲ ਹੀ ਮਿਲ ਜਾਣਗੇ। ਦੇਖੋ ਜੀ ਇਹਦੇ ਨਾਲ ਪਲੇਨ ਰੱਖੀ ਹੋਈ ਹੈ ਮਹਿੰਦੀ ਕਲਰ ਦੀ ਬੋਟਮ, ਇਹਦੇ ਵਿੱਚ ਹਲਕਾ ਮਹਿੰਦੀ ਹੈ ਅਤੇ ਇਹਦੇ ਨਾਲ ਮੈਚਿੰਗ ਸੂਟ ਹੈ ਜਿਹੜਾ ਆਪਣਾ ਬਣਿਆ ਹੋਇਆ। ਇਹ ਸਿੰਗਲ ਕਲਰ ਹੀ ਹੈ ਆਪਣੇ ਕੋਲ, ਜਿਹੜੇ ਜਿਹੜੇ ਕਲਰ ਆਪਣੇ ਕੋਲ ਅਵੇਲੇਬਲ ਨੇ ਮੈਂ ਤੁਹਾਨੂੰ ਪਹਿਲਾਂ ਤੋਂ ਦੱਸ ਦਿੰਦੀ ਹਾਂ ਵੀ ਇਹਦੇ ਵਿੱਚ ਕਲਰ ਮਿਲ ਜਾਣਗੇ, ਜਿਹੜਾ ਸਿੰਗਲ ਸਿੰਗਲ ਹੈ ਉਹ ਵੀ ਆਪਾਂ ਦੱਸ ਦਿੰਦੇ ਹਾਂ। ਅਗਲਾ ਸੂਟ ਵੀ ਦਿਖਾਉਂਦੇ ਹਾਂ, ਇਹ ਵੀ ਬਹੁਤ ਹੀ ਸੋਹਣਾ ਮੈਚਿੰਗ ਸੂਟ ਹੈ, ਬਹੁਤ ਸੋਹਣਾ ਡਿਜ਼ਾਇਨ ਬਣਿਆ ਹੋਇਆ। ਇਹ ਵੀ ਮੈਚਿੰਗ ਸੂਟ ਹੈ, ਇਹਦੇ ਨਾਲ ਵੀ ਪਲੇਨ ਸਲਵਾਰ ਹੈ, ਜਿਹੜਾ ਕਮੀਜ਼ ਹੈ ਉਹਦੇ ਵਿੱਚ ਬਹੁਤ ਹੀ ਵਧੀਆ ਡਿਜ਼ਾਇਨ ਹੈ, ਬਾਹਲਾ ਜ਼ਿਆਦਾ ਕਲਰ ਨਹੀਂ ਗੂੜਾ ਹੈਗਾ, ਅਤੇ ਇਹਦਾ ਗ੍ਰੀਨ ਦੇ ਨਾਲ ਜਿਹੜਾ ਕੋਂਬੀਨੇਸ਼ਨ ਹੈ ਬਹੁਤ ਵਧੀਆ ਕੀਤਾ ਹੋਇਆ। ਇਹ ਵੀ ਪ੍ਰਿੰਸੈਸ ਕੋਟਨ ਦਾ ਸੂਟ ਹੈ, ਇਸ ਤਰ੍ਹਾਂ ਇਹਦੇ ਵਿੱਚ ਡਿਜ਼ਾਇਨਿੰਗ ਬਣੀ ਹੋਈ ਹੈ ਕਮੀਜ਼ ਦੀ। ਸਲਵਾਰ ਹੈ ਜਿਹੜੀ ਆਪਣੀ ਉਹ ਪਲੇਨ ਹੈ, ਸਲਵਾਰ ਦਾ ਕੱਪੜਾ ਵੀ ਸੇਮ ਹੀ ਹੋਊਗਾ ਜੀ, ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਸਲਵਾਰ ਦਾ ਕੱਪੜਾ ਗਲਤ ਦੇਵਾਂਗੇ, ਜਿਵੇਂ ਦਾ ਆਪਣੇ ਕੋਲ ਸੂਟ ਹੁੰਦਾ ਹੈਗਾ ਆਪਾਂ ਸਾਰਾ ਉਹੀ ਆਪਾਂ ਤੁਹਾਨੂੰ ਸੂਟ ਹੈ ਜਿਹੜਾ ਰੈਡੀ ਕਰਕੇ ਦਿੰਦੇ ਹਾਂ। ਜੇ ਤੁਸੀਂ ਨੇ ਵਰਕ ਵਾਲੇ ਸੂਟ ਕਰਾਉਣੇ ਹੋਣ ਤਾਂ ਵੀ ਸਾਨੂੰ ਮੈਸੇਜ ਕਰ ਦੱਸ ਕੇ ਦੱਸ ਸਕਦੇ ਹੋ, ਜੋ ਵੀ ਹੈਂਡ ਵਰਕ, ਆਰੀ ਵਰਕ, ਮਸ਼ੀਨ ਵਰਕ, ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਆਪਣੇ ਕੋਲ ਤੁਹਾਡਾ ਆਪਦਾ ਡਿਜ਼ਾਇਨ ਹੈ ਕੋਈ, ਅਸੀਂ ਉਹ ਵੀ ਤਿਆਰ ਕਰਵਾ ਕੇ ਦੇਵਾਂਗੇ, ਇਹ ਨਹੀਂ ਹੈਗਾ ਵੀ ਸਾਡੇ ਆਪਦੇ ਡਿਜ਼ਾਇਨ ਹੀ ਤਿਆਰ ਹੋਣਗੇ, ਜੋ ਵੀ ਤੁਹਾਡੇ ਕੋਲ ਡਿਜ਼ਾਇਨ ਬਣਿਆ ਹੋਇਆ ਅਸੀਂ ਉਹੀ ਤੁਹਾਨੂੰ ਤਿਆਰ ਕਰਕੇ ਦੇਵਾਂਗੇ। ਇਹ ਵਾਲਾ ਸੂਟ ਹੋ ਗਿਆ ਜੀ ਮੈਚਿੰਗ, ਅਗਲਾ ਸੂਟ ਦਿਖਾਉਂਦੇ ਹਾਂ ਤੁਹਾਨੂੰ, ਉਹ ਵੀ ਮੈਚਿੰਗ ਸੂਟ ਹੈ, ਇਹਦਾ ਕਲਰ ਵੀ ਬਹੁਤ ਪਿਆਰਾ ਹੈ,
ਆਪਾਂ ਰੂਟੀਨ ਦੇ ਵਿੱਚ ਹੈ ਨਾ ਰੈਗੂਲਰ ਕੱਪੜੇ ਪਾਉਣ ਵਾਸਤੇ ਘਰੇ ਬਹੁਤ ਵਧੀਆ ਪ੍ਰਿੰਟ ਨੇ ਨਾ ਇਹਨਾਂ ਦਾ ਰੰਗ ਫੇਟ ਹੋਵੇ ਅਤੇ ਬਹੁਤ ਹੀ ਵਧੀਆ ਕਾਟਨ ਹੈ ਨਾ ਇਹਦੇ ਵਿੱਚ ਗਰਮੀ ਆਵੇ ਠੰਡਾ ਕੱਪੜਾ ਗਾ ਤੁਸੀਂ ਵੀ ਪ੍ਰਿੰਸੈਸ ਕਾਟਨ ਦੇ ਸੂਟ ਨੇ ਜਿਹੜੇ ਪਹਿਲਾਂ ਵਰਤ ਕੇ ਦੇਖੇ ਹੋਣੇ ਵੀ ਕਿਵੇਂ ਦੀ ਫੈਬਰਿਕ ਹੈ ਇਹ ਹੈਗਾ ਜੀ ਲਾਈਟ ਫਰੋਜੀ ਕਲਰ ਹੈ ਕਮੀਜ਼ ਦੇ ਵਿੱਚ ਫਲਾਵਰ ਬਣੇ ਹੋਏ ਨੇ ਅਤੇ ਸਲਵਾਰ ਆ ਜਿਹੜੀ ਪਲੇਨ ਰੱਖੀ ਹੋਈ ਹੈ ਆਪਾਂ ਇਹਦੇ ਨਾਲ ਇਸ ਤਰ੍ਹਾਂ ਦਾ ਟਾਈਡਾਈ ਦੁਪੱਟਾ ਵੀ ਕਰਵਾ ਸਕਦੇ ਹਾਂ ਜਿਹੜੇ ਅੱਜ ਵਾਲੇ ਸੂਟ ਨੇ ਇਹ ਬਿਨਾਂ ਸਾਰੇ ਦੁਪੱਟਿਆਂ ਤੋਂ ਨੇ ਕਿਸੇ ਨਾਲ ਵੀ ਕੋਈ ਦੁਪੱਟਾ ਐਡ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲਵਾਉਣਾ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਬਹੁਤ ਵਧੀਆ ਮੁਲਾਇਮ ਮੁਲਾਇਮ ਕੱਪੜਾ ਹੈ ਨਾ ਇਹਨਾਂ ਸੂਟਾਂ ਦੇ ਜਿਹੜੇ ਰੇਟ ਨੇ ਬਹੁਤ ਹੀ ਸਸਤੇ ਰੇਟ ਨੇ ਤੁਸੀਂ ਮੈਨੂੰ ਰੇਟ ਮੈਸੇਜ ਕਰਕੇ ਪੁੱਛ ਸਕਦੇ ਹੋ ਚਲੋ ਜੀ ਇਹ ਹੋ ਗਏ ਮੈਚਿੰਗ ਸੂਟ ਅਗਲਾ ਸੂਟ ਦਿਖਾਉਂਦੇ ਹਾਂ ਤੁਹਾਨੂੰ ਉਹ ਵੀ ਪ੍ਰਿੰਟ ਸੂਟ ਹੈ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਪ੍ਰਿੰਟ ਸੂਟ ਨੇ ਇਹ ਹੈਗਾ ਆਲ ਓਵਰ ਸੂਟ ਇਹ ਨਾ ਮਹਿਰੂਨ ਜੀ ਸ਼ੇਡ 'ਤੇ ਆ ਗਿਆ ਇਹ ਵੀ ਬਹੁਤ ਵਧੀਆ ਫੈਬਰਿਕ ਇਹ ਹੈਗਾ ਜੀ ਗੀਜਾ ਕਾਟਨ ਦਾ ਬਹੁਤ ਹੀ ਵਧੀਆ ਫੈਬਰਿਕ ਹੁੰਦੀ ਹੈ ਵੀ ਗਰਮੀ ਦੇ ਵਿੱਚ ਪਾਉਣ ਵਾਲੀ ਠੰਡੀ ਇਹ ਆਲ ਓਵਰ ਸੂਟ ਹੈ ਜੇ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 6-7 ਸੂਟ ਦਿਖਾ ਦਿੱਤੇ ਨੇ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਮੈਚਿੰਗ ਸੂਟ ਅਤੇ ਗਰਮੀ ਦੇ ਵਿੱਚ ਪਾਉਣ ਵਾਲੇ ਬਹੁਤ ਹੀ ਵਧੀਆ ਕਾਟਨ ਦੇ ਸੂਟ ਨੇ ਨਾਲੇ ਇਹਨਾਂ ਦੇ ਰੇਟ ਨਹੀਂ ਜ਼ਿਆਦਾ ਹੈਗੇ ਹੈ ਨਾ ਅਤੇ ਕਈ ਭੈਣਾਂ ਆਪਣੀਆਂ ਆਪਾਂ ਰੇਟ ਲਾਉਣ ਤੋਂ ਵੀ ਥੋੜ੍ਹਾ ਜਿਹਾ ਹੋ ਜਾਂਦਾ ਵੀ ਇੰਨਾ ਮਹਿੰਗਾ ਕੀ ਕਰਾਂਗੇ ਇਹਨਾਂ ਦੇ ਰੇਟ ਵੀ ਠੀਕ ਨੇ ਆਪਣੇ ਬਜਟ ਦੇ ਰਹਿਣ ਦੇ ਵਾਲੇ ਵਿੱਚ ਨੇ ਨਾਲੇ ਆਪਾਂ ਰੈਗੂਲਰ ਘਰ ਦੇ ਵਿੱਚ ਕਿਵੇਂ ਮਰਜ਼ੀ ਕੱਪੜਾ ਪਾ ਸਕਦੇ ਹਾਂ ਨਾ ਇਹ ਫੇਟ ਹੋਣ ਵਾਲੇ ਨੇ ਅਤੇ ਨਾ ਇਹ ਬੁਰਾਉਣਾ ਉਹਨਾਂ ਦੇ ਉੱਤੇ ਬਹੁਤ ਹੀ ਵਧੀਆ ਕਾਟਨ ਹੈ ਪ੍ਰਿੰਸੈਸ ਕਾਟਨ ਦੇ ਸੂਟ ਨੇ ਜੇ ਤੁਸੀਂ ਪਹਿਲਾਂ ਪ੍ਰਿੰਸੈਸ ਕਾਟਨ ਦੇ ਸੂਟ ਪਾਏ ਨੇ ਤਾਂ ਤੁਹਾਨੂੰ ਪਤਾ ਹੀ ਹੋਊਗਾ ਵੀ ਉਹ ਕਿਵੇਂ ਦੀ ਫੈਬਰਿਕ ਹੈ ਹੈ ਨਾ ਮੇਰੀ ਫਿਰ ਤੋਂ ਰਿਕੁਐਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਜੋ ਵੀਡੀਓ ਦਾ ਨੋਟੀਫਿਕੇਸ਼ਨ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੁਸੀਂ ਨਵੇਂ ਨਵੇਂ ਸੂਟਾਂ ਦੀ ਵੀਡੀਓ ਦੇਖ ਕੇ ਆਰਡਰ ਕਰ ਸਕੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ